ਸੰਗਰੂਰ ਦੇ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਨੇ। ਜਿੱਥੇ ਮੁਫਤ ਦਵਾਈ ਦੀਆਂ ਦੁਕਾਨਾਂ ਖੋਲੀਆਂ ਗਈਆਂ ਸਨ, ਉਹ ਮੁਫਤ ਦਵਾਈ ਦੀਆਂ ਦੁਕਾਨਾਂ ਖਾਲੀ ਪਈਆਂ ਨੇ, ਜਿਸ ਦੇ ਕਾਰਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੂਜੇ ਪਾਸੇ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦਾ ਕਹਿਣਾ ਕਿ ਦਵਾਈਆਂ ਦੀ ਪਿੱਛੋਂ ਹੀ ਕਮੀ ਹੈ। ਹੁਣ ਦੇਖਣਾ ਇਹ ਹੈ ਕਿ ਨਵੀਂ ਸਰਕਾਰ ਕਿਸ ਤਰ੍ਹਾਂ ਇਹਨਾਂ ਮੁਸ਼ਕਿਲਾਂ ਨੂੰ ਸੁਲਝਾਉਂਦੀ ਹੈ ਅਤੇ ਇਹਨਾਂ ਦਾ ਹੱਲ ਕੱਢਦੀ ਹੈ। ਜੋ ਤਾਜ਼ਾ ਸਥਿਤੀ ਹੈ ਉਹ ਇਹੀ ਬਿਆਨ ਕਰਦੀ ਹੈ ਕਿ ਇਹ ਦਵਾਈ ਦੀਆਂ ਦੁਕਾਨਾਂ ਪੁਰਾਣੀ ਸਰਕਾਰ ਵੱਲੋਂ ਜੋ ਚਲਾਈਆਂ ਗਈਆਂ ਸਨ ਉਹ ਮਰੀਜ਼ਾਂ ਦੇ ਲਈ ਕੋਈ ਕਾਰਗਰ ਸਿੱਧ ਨਹੀਂ ਹੋ ਰਹੀਆਂ। ਬਸ ਜੀ ਦੋ ਦਵਾਈਆਂ ਮਿਲੀਆਂ ਨੇ, ਬਾਹਰੋਂ ਹੀ ਮਿਲਦੇ ਨੇ, ਗਰੀਬ ਆਦਮੀ ਤੋਂ ਨਹੀਂ ਦਵਾਈ ਲਈ ਜਾਂਦੀ। ਹਾਂਜੀ ਬਾਹਰਲੀਆਂ ਦਵਾਈਆਂ ਨੇ ਦੋ ਬਸ ਮਿਲਦੀਆਂ ਨੇ, ਕੋਈ ਨੀ ਮਿਲਦੀ ਹੈਗੀ ਦਵਾਈ, ਬਾਹਰੋਂ ਨੀ ਲਈ ਜਾਂਦੀ ਸਾਡੇ ਤੋਂ ਦਵਾਈ, ਅਸੀਂ ਗਰੀਬ ਹੈਗੇ ਆ। ਫਰੀ ਫਿਰ ਕੋਈ ਨੀ ਮਿਲਦੀ ਸਾਨੂੰ, ਤਾਂ ਕੋਈ ਫਰੀ ਨੀ ਮਿਲਦੀ, ਆ ਬਾਹਰੋਂ ਲੈਂਦੇ ਆ, ਔਖੇ ਹੋ ਕੇ ਲੈ ਕੇ ਆਈ ਆ, ਪੈਸੇ ਜਿਵੇਂ ਆਂਦਣ ਫੜ ਕੇ ਲਿਆਈ ਆ, ਫਿਰ ਦਵਾਈ ਲਈ ਹੈ, ਸਾਹ ਬਹੁਤ ਔਖਾ ਹੋਇਆ ਪਿਆ, ਖਾਜ ਬਹੁਤ ਹੁੰਦੀ ਪਈ ਹੈ, ਹਿਸਾਬ ਨਾਲ ਜ਼ੁਕਾਮ ਬਹੁਤ ਲੱਗੇ ਪਏ ਨੇ, ਬਾਹਰੋਂ ਨਹੀਂ ਲਈ ਜਾਂਦੀ ਗਰੀਬਾਂ ਤੋਂ ਸਾਡੇ ਤੋਂ ਦਵਾਈ, ਆ ਕਿੰਨੇ ਦਿਨ ਹੋ ਗਏ ਨੇ ਸਗੋਂ ਦਵਾਈ ਤੋਂ, ਇੱਕ ਦਿਨ ਨਾਂਗਾ ਪਾ ਲੈਂਦੇ ਆ, ਦੋ ਦੋ ਦਿਨ ਨਾਂਗੇ ਪਾਈ ਜਾਂਦੇ ਆ, ਲੈ ਵੀ ਦਵਾਈ ਚੱਲ ਆਪਦੀ ਗਾਂਹ ਕਰ ਲਈਏ, ਨਹੀਂ ਲਈ ਜਾਂਦੀ ਦਵਾਈ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਹਾਂ ਕਿ ਦਵਾਈਆਂ ਦੀ ਬਹੁਤ ਦਿੱਕਤ ਆ ਰਹੀ ਹੈ। ਨੰਬਰ ਆਫ ਪੇਸ਼ੈਂਟਸ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਇੰਨਾ ਜ਼ਿਆਦਾ ਹੈ, ਸਾਰੇ ਪਿੰਡ ਰੂਰਲ ਏਰੀਆ ਦਾ ਪਰਟੀਕੁਲਰਲੀ ਸਾਡੇ ਕੋਲ ਜਿਹੜਾ ਪੇਸ਼ੈਂਟ ਆਉਂਦਾ ਹੈ ਉਸ ਕਰਕੇ ਸਾਡੇ ਕੋਲ ਮਰੀਜ਼ ਦਾ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਹੈ। ਦੂਸਰਾ ਇਹ ਹੈ ਕਿ ਜਿੰਨੀਆਂ ਸਾਡੇ ਕੋਲ ਐਸੈਂਸ਼ੀਅਲ ਡਰੱਗ ਲਿਸਟ ਦੇ ਅੰਡਰ ਜਿੰਨੀਆਂ ਮੈਡੀਸਨ ਦੀ ਲਿਸਟ ਹੈਗੀ ਹੈ ਉਹਦੇ 'ਚ ਜਿੰਨੀਆਂ ਬਠਿੰਡੇ ਸਾਨੂੰ ਅਵੇਲੇਬਲ ਹੁੰਦੀਆਂ, ਸਾਡਾ ਰੀਜਨਲ ਡਰੱਗ ਵੇਅਰ ਹਾਊਸ ਬਠਿੰਡਾ ਹੈ, ਜਿਹੜੀਆਂ ਉੱਥੇ ਅਵੇਲੇਬਲ ਹੁੰਦੀਆਂ ਨੇ ਲਗਭਗ ਸਾਡੇ ਕੋਲ ਸਾਰੀਆਂ ਦਵਾਈਆਂ ਉਹ ਇੱਥੇ ਅਵੇਲੇਬਲ ਹੁੰਦੀਆਂ ਨੇ। ਹਾਂ ਕਈ ਵਾਰੀ ਦਿੱਕਤ ਆਉਂਦੀ ਹੈ ਕਿ ਕੋਈ ਮੈਡੀਸਨ ਆ ਗਈ ਕੁਆਰੰਟਾਈਨ 'ਚ ਪਈ ਹੈ ਜਾਂ ਉਹ ਅਜੇ ਸਟੋਰ ਐਕਟਿਵ ਨਹੀਂ ਹੋਇਆ, ਉਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਇੱਕ ਦੋ ਦਿਨ ਦੇ ਵਿੱਚ ਕਿਸੇ ਪਰਟੀਕੁਲਰ ਆਈਟਮ ਦੀ ਕੋਈ ਦਿੱਕਤ ਆਈ ਹੋਵੇ। ਵੈਸੇ ਮੋਸਟਲੀ ਸਾਡਾ ਇਹ ਹੈ ਕਿ ਜਦੋਂ ਵੀ ਸਾਡੇ ਕੋਲ ਦਵਾਈ ਖਤਮ ਹੁੰਦੀ ਹੈ ਅਸੀਂ ਡਿਮਾਂਡ ਪਾਉਂਦੇ ਹਾਂ ਅਤੇ ਨਾਲ ਦੀ ਨਾਲ ਬਠਿੰਡੇ ਜਾ ਕੇ ਟਰੱਕ ਲੈ ਆਉਂਦੇ ਹਾਂ। ਇਹਦੇ 'ਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਜੀ, ਕੁਛ ਮੈਡੀਸਨ ਇੱਦਾਂ ਦੀਆਂ ਨੇ ਕਿ ਜਿਹੜੀਆਂ ਆਪਾਂ ਦੇਣੀਆਂ ਹੀ, ਜੇ ਇੱਕ ਪਰਟੀਕੁਲਰ ਜਿਹੜਾ ਐਂਟੀਬਾਇਓਟਿਕ ਹੈ ਮੰਨ ਲਓ ਜੇ 10 ਦਿਨ ਦੇ ਵਿੱਚ ਉਹ ਪ੍ਰੋਪਰਲੀ ਰਿਸਪੋਂਡ ਨਹੀਂ ਕੀਤਾ ਤਾਂ ਉਹਨੂੰ ਬਦਲਣ ਦੀ ਲੋੜ ਹੈ। ਉਹਦੇ ਵੇਲੇ ਕਈ ਵਾਰੀ ਸਾਡੇ ਫਾਰਮਾਸਿਸਟ ਕਹਿ ਦਿੰਦੇ ਨੇ ਕਿ ਇਹਨੂੰ ਦਵਾਈ ਨੂੰ ਡਾਕਟਰ ਨੂੰ, ਕਿਉਂਕਿ ਮਰੀਜ਼ ਕੋਸ਼ਿਸ਼ ਕਰਦਾ ਕਿ ਇੱਕ ਵਾਰੀ ਡਾਕਟਰ ਤੋਂ ਪਰਚੀ ਬਣਾਈ ਤਾਂ ਵਾਰ ਵਾਰ ਸਿੱਧੀ ਹੀ ਆ ਕੇ ਲਈ ਜਾਂਦਾ ਦਵਾਈਆਂ, ਠੀਕ ਹੈ ਨਾ। ਇੱਥੇ ਇਸ ਕਿਸਮ ਦੀ ਪ੍ਰੈਕਟਿਸ ਹੈਗੀ ਹੈ, ਸੋ ਉਸ ਕਰਕੇ ਉਦੋਂ ਕਈ ਵਾਰੀ ਸਾਡੇ ਫਾਰਮਾਸਿਸਟ ਜਿਹੜੇ ਆਊਟਲੈਟ 'ਤੇ ਬੈਠੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਦਵਾਈ ਤੂੰ ਜਦੋਂ ਡਾਕਟਰ ਤੋਂ ਲਿਖਵਾ ਲੈ ਜਾਂ ਫਿਰ ਇਹਨੂੰ ਬੰਦ ਕਰਕੇ ਤੂੰ ਨਵੀਂ ਲਿਖਾ। ਇਸ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਹੋਵੇ ਅਤੇ ਨਹੀਂ ਤਾਂ ਮੋਟੇ ਤੌਰ ਦੇ ਉੱਤੇ ਕੋਈ ਅਸੀਂ ਕੋਸ਼ਿਸ਼ ਹੁੰਦਾ। ਮੈਂ ਬੱਲੇ ਸਿੰਘ ਬੋਲਦਾ ਜੀ, ਅਤੇ ਡਾਕਟਰ ਪਰਮਿੰਦਰ ਕੌਰ ਨੇ ਦਵਾਈ ਲਿਖੀ ਸੀ ਜੀ, ਅਤੇ ਇੱਕ ਪੱਤਾ ਤਾਂ ਮੈਨੂੰ ਅੰਦਰ ਮਿਲਿਆ, ਬਾਕੀ ਬਾਹਰ ਕਹਿੰਦੇ ਨੇ ਬਾਹਰੋਂ ਦਵਾਈ ਮਿਲੂ ਜੀ, ਇੱਕੇ ਦਵਾਈ ਮਿਲ ਰਹੀ ਹੈ ਅੰਦਰੋਂ ਜੀ। ਹੁਣ ਤੁਸੀਂ ਦਵਾਈ ਲੈਣ ਗਏ ਸੀ, ਕੀ ਕਹਿੰਦੇ? ਕਹਿੰਦੇ ਜੀ ਇੱਕੇ ਦਵਾਈ ਹੈ ਜੀ ਸਾਡੇ ਕੋਲ, ਤਾਂ ਵੀ ਜਿਹੜੇ ਸਾਡੇ ਕੋਲ ਹੈਗਾ ਅਸੀਂ ਉਹੀ ਦਿੰਦੇ ਹਾਂ ਜੀ। ਸਰਕਾਰ ਤਾਂ ਕਹਿੰਦੀ ਵੀ ਫਰੀ ਮਿਲੇ, ਸਰਕਾਰ ਤਾਂ ਕਹਿੰਦੇ ਆ ਜੀ, ਪਰ ਇੱਥੇ ਹੈ ਨਹੀਂ ਜੀ ਕੋਈ ਸਹੂਲਤ ਨਹੀਂ ਹੈਗੀ। ਬਾਕੀ ਮਰੀਜ਼ਾਂ ਨੂੰ ਵੀ? ਸਾਰੇ ਮਰੀਜ਼ਾਂ ਨੂੰ ਇਸ ਤਰ੍ਹਾਂ ਹੈ ਜੀ, ਕੋਈ ਮਰੀਜ਼ ਨੂੰ ਨਹੀਂ ਦਵਾਈ ਸਹੀ ਮਿਲ ਰਹੀ ਜੀ। ਇਹ ਤਾਂ ਜੀ ਹੁਣ ਕੁਦਰਤ ਇਹਨਾਂ ਨੂੰ ਪਤਾ ਜੀ, ਸਰਕਾਰਾਂ ਨੂੰ ਪਤਾ ਜੀ, ਇਹਦਾ ਡਾਕਟਰਾਂ ਪਤਾ ਜਾਂ ਸਰਕਾਰਾਂ ਨੂੰ ਪਤਾ ਜੀ। ਹਾਂਜੀ ਮੈਂ ਤਾਂ ਪਰਚੇ ਦੇ ਦਿੱਤੇ ਜੀ, ਅਸੀਂ ਜਿਹੜੀ ਦਵਾਈ ਦੀ ਲੋੜ ਆਈ ਸਾਨੂੰ ਕੁਛ ਮਿਲ ਜਾਂਦੀ, ਇੱਕ ਅੱਧੀ ਦਵਾਈ ਜੀ ਬਾਕੀ ਬਾਹਰੋਂ ਲੈਣੀ ਪੈਂਦੀ ਜੀ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।